ਭੈਣਾ ਤੈਨੂੰ ਗੱਲ ਦੱਸਾਂ, ਐ ਮੈਂ ਗਈ ਸੀ ਆਪਣੇ ਭਣੇਵੇਂ ਦੇ ਵਿਆਹ 'ਤੇ, ਅਤੇ ਪੈਲਸ ਦੀ ਗੱਲ ਏ, ਅਤੇ ਆਪਾਂ ਬੈਠੇ ਹੈ ਵਾ ਵਟ ਇੱਕ ਇੱਕ ਟੇਬਲ 'ਤੇ ਚਾਰ ਚਾਰ ਪੰਜ ਪੰਜ ਕੁਰਸੀਆਂ ਲਾਈਆਂ ਹੁੰਦੀਆਂ ਉਹਨਾਂ ਨੇ, ਅਤੇ ਆਪਾਂ ਬੈਠੇ ਅਤੇ ਸਾਡੇ ਨਾਲ ਵਾਲੀ ਕੁਰਸੀ 'ਤੇ ਨਾ ਭਾਰੀ ਜਿਹੀ ਜਨਾਨੀ ਬੈਠੀ, ਮੂੰਹ ਪਰਾਂ ਦਾ ਕੀਤਾ ਸੀ, ਸਾਡੇ ਵੱਲ ਦੀ ਪਿੱਠ ਸੀ, ਅਤੇ ਇਹਦੇ ਮੇਰੇ ਭੈਣ ਦੇ ਨਨਾਣਵੇਂ ਨਾ ਉਹ ਵੀ ਵਾਵਾ ਭਾਰੀ ਜੀ ਏ, ਅਤੇ ਮੇਰੇ ਭਾਣੇ ਉਹ ਬੈਠੀ, ਅਤੇ ਆਪਾਂ ਗੱਲਾਂ ਲੱਗੇ ਕਰਨ, ਮੈਂ ਕਿਹਾ ਭੈਣਾ ਮੈਨੂੰ ਤਾਂ ਕੁੜੀ ਨਹੀਂ ਸੀ ਪਸੰਦ ਹੈ ਜਦੋਂ ਵੇਖਣ ਗਏ ਨੇ, ਅਤੇ ਉਦੋਂ ਵੀ ਮੈਂ ਪਤਾ ਨਹੀਂ ਕਿੱਥੇ ਗਈ ਸੀ, ਅਤੇ ਮੇਰਾ ਜਾਣ ਨਾ ਹੋਇਆ, ਅਤੇ ਜਦੋਂ ਮੱਲਾ ਮਲਾਈ ਕਰਕੇ ਆ ਕੇ, ਅਤੇ ਬਾਅਦ 'ਚ ਇਹਨਾਂ ਨੇ ਮੈਨੂੰ ਫੋਟੋ ਦਿਖਾਈ, ਅਤੇ ਮੈਂ ਕਿਹਾ ਭੈਣ ਮੈਨੂੰ ਤਾਂ ਕੁੜੀ ਕੋਈ ਨਹੀਂ ਪਸੰਦ, ਅਤੇ ਅੱਜ ਵੀ ਦੇਖਿਆ ਮੈਂ ਤਾਂ ਵਾਵਾ ਐਨ ਨੱਕ ਬੁੱਲ ਜੇ ਵੱਢਦੀ ਏ, ਅਤੇ ਐਡੇ ਹੀਲ ਵਾਲੇ ਸੈਂਡਲ ਪਾ ਕੇ ਭੈਣ ਸਾਡੇ ਮੁੰਡੇ 'ਤੇ ਅਤੇ ਮੋਢੇ 'ਤੇ ਆਵੇ, ਅਤੇ ਮੈਂ ਤਾਂ ਆਪਣੇ ਆਪ ਗੱਲਾਂ ਕਰਨ ਲੱਗੀ ਆਪਣੇ ਧਿਆਨ, ਅਤੇ ਉਹ ਜਦੋਂ ਜਨਾਨੀ ਨੇ ਇੱਧਰ ਵੇਖਿਆ ਨਾ, ਮੂੰਹ ਇੱਧਰ ਸਾਡੇ ਵੱਲ ਕੀਤਾ, ਅਤੇ ਮੈਂ ਕਿਹਾ ਹਾ, ਅਤੇ ਮੈਂ ਕਿਹਾ ਦੀਦੀ ਨਨਾਣ ਸੀਗੇ, ਅਤੇ ਮੈਂ ਕਿਹਾ ਖਰੀ ਨਨਾਣ ਬੈਠੀ ਏ, ਮੈਂ ਕਿਹਾ ਭੈਣ ਇਹ ਭਾਰੀ ਜੀ ਜਨਾਨੀ ਕੌਣ ਏ, ਕਹਿੰਦੇ ਕੁੜੀ ਦੀ ਭੂਆ ਏ।